ਅਗਰ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਉੱਤੇ ਢੀਂਡਸੇ ਹੋ ਰਹੀ ਨੇ ਤਾਂ ਭਾਈ ਉਹਨਾਂ ਦੀ ਵੋਟ ਬਣਦੀ ਹੈ। ਅਗਰ ਪੰਜਾਬ ਦੇ ਬੱਚੇ ਜਿਹੜੇ ਸ਼ਾਂਤਮਈ ਢੰਗ ਨਾਲ ਰੋਸ ਕਰ ਰਹੇ ਸੀ, ਉਹਨਾਂ 'ਤੇ ਗੋਲੀਆਂ ਚਲਵਾਈਆਂ ਨੇ ਇਹਨਾਂ ਲੋਕਾਂ ਨੇ, ਅਗਰ ਪੰਜਾਬ ਦੇ ਬੱਚੇ ਤੁਹਾਡੇ ਪੰਜਾਬੀ ਨਹੀਂ ਤਾਂ ਫਿਰ ਢੀਂਡਸੇ ਦੀ ਵੋਟ ਬਣਦੀ ਹੈ। ਤੁਸੀਂ ਲੋਕਾਂ ਨੇ ਸੰਗਰੂਰ ਬਰਬਾਦ ਕੀਤਾ ਹੈ ਮਜੀਠੀਏ ਹੋਰਾਂ ਨਾਲ, ਸੁਖਬੀਰ ਹੋਰਾਂ ਨਾਲ ਮਿਲ ਕੇ। ਅੱਜ ਕੈਪਟਨ ਅਮਰਿੰਦਰ ਸਿੰਘ ਜਾਂਦਾ ਪਟਿਆਲੇ ਤੋਂ ਉੱਠ ਕੇ ਬਚਾਉਣ ਪ੍ਰਕਾਸ਼ ਸਿੰਘ ਬਾਦਲ ਨੂੰ ਲੰਬੀ ਲੜਦਾ, ਕੀ ਲੋੜ ਸੀ ਰਾਜੇ ਨੂੰ? ਪੀਡੀਏ ਵੱਲੋਂ ਸੰਗਰੂਰ ਦੀ ਸੀਟ ਤੇ ਚੋਣ ਲੜ ਰਹੇ ਜੱਸੀ ਜਸਰਾਜ, ਜਿਹੜੇ ਹਰ ਵਾਰ ਭਗਵੰਤ ਮਾਨ ਖਿਲਾਫ ਆਪਣੀ ਭੜਾਸ ਕੱਢਦੇ ਦਿਖਾਈ ਦਿੰਦੇ ਨੇ, ਪਰ ਹੁਣ ਉਹਨਾਂ ਆਪਣੇ ਨਿਸ਼ਾਨੇ ਤੇ ਲਿਆ ਢੀਂਡਸਾ ਪਰਿਵਾਰ ਨੂੰ। ਲੋਕਾਂ ਨੂੰ ਬੇਅਦਬੀਆਂ ਯਾਦ ਕਰਾਉਂਦੇ ਹੋਏ ਖੁਦ ਲਈ ਵੋਟਾਂ ਦੀ ਮੰਗ ਕਰਦੇ ਦਿਖਾਈ ਦਿੱਤੇ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਮਿਲੇ ਹੋਏ ਨੇ ਤੇ ਇੱਕ ਦੂਜੇ ਨੂੰ ਜਿਤਾਉਣ ਲਈ ਪੂਰੀ ਜਾਨ ਲਗਾ ਦਿੰਦੇ ਨੇ, ਜਿਸ ਦਾ ਨਤੀਜਾ ਵਿਧਾਨ ਸਭਾ ਚੋਣਾਂ ਦੌਰਾਨ ਤੁਸੀਂ ਦੇਖ ਹੀ ਲਿਆ। ਦੇਖੋ, ਇਹ ਸੰਗਰੂਰ ਦੇ ਇਨਸਾਨੀਅਤ ਪਸੰਦ, ਸੰਗਰੂਰ ਪਸੰਦ, ਪਰਮਾਤਮਾ ਨੂੰ ਪਿਆਰ ਕਰਨ ਵਾਲੇ ਲੋਕ, ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ। ਦੇਖੋ, ਸਭ ਕੁਝ ਚੱਲੀ ਜਾਣਾ, ਵੋਟਾਂ ਪਹਿਲਾਂ ਪਈਆਂ, ਵੋਟਾਂ ਅੱਜ ਪੈ ਰਹੀਆਂ ਨੇ, ਵੋਟਾਂ ਕੱਲ੍ਹ ਵੀ ਪੈਣੀਆਂ ਨੇ। ਅਗਰ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਉੱਤੇ ਢੀਂਡਸੇ ਹੋ ਰਹੀ ਨੇ ਤਾਂ ਭਾਈ ਉਹਨਾਂ ਦੀ ਵੋਟ ਬਣਦੀ ਹੈ। ਅਗਰ ਪੰਜਾਬ ਦੇ ਬੱਚੇ ਜਿਹੜੇ ਸ਼ਾਂਤਮਈ ਢੰਗ ਨਾਲ ਰੋਸ ਕਰ ਰਹੇ ਸੀ, ਉਹਨਾਂ 'ਤੇ ਗੋਲੀਆਂ ਚਲਵਾਈਆਂ ਨੇ ਇਹਨਾਂ ਲੋਕਾਂ ਨੇ, ਅਗਰ ਪੰਜਾਬ ਦੇ ਬੱਚੇ ਤੁਹਾਡੇ ਪੰਜਾਬੀ ਨਹੀਂ ਤਾਂ ਫਿਰ ਢੀਂਡਸੇ ਦੀ ਵੋਟ ਬਣਦੀ ਹੈ। ਢੀਂਡਸਾ ਆਪਣੇ ਪਿਤਾ ਦਾ ਨਹੀਂ ਹੈ, ਕਿਉਂਕਿ ਸਗਾ ਪਿਤਾ ਉਹਦਾ, ਉਹ ਕਹਿ ਰਿਹਾ ਕਿ ਭਾਈ ਨਹੀਂ, ਗੁਰੂ ਗ੍ਰੰਥ ਸਾਹਿਬ ਅਤੇ ਜਿਹੜੇ ਹਾਲਾਤ ਨੇ ਇਹਨਾਂ ਵਿੱਚ ਤੂੰ ਚੋਣ ਨਾ ਲੜ। ਮਹੀਨਾ ਹੋ ਚੁੱਕਿਆ ਉਹਨਾਂ ਨੂੰ, ਸੁਖਦੇਵ ਸਿੰਘ ਢੀਂਡਸਾ ਕਹਿ ਰਹੇ ਨੇ ਤੁਸੀਂ ਨਾ ਲੜੋ, ਅਤੇ ਇਹ ਪਰਮਿੰਦਰ ਢੀਂਡਸਾ ਸੁਖਬੀਰ ਬਾਦਲ ਦੀ ਮੰਨ ਰਹੇ ਨੇ, ਮਜੀਠੀਏ ਦੀ ਮੰਨ ਰਹੇ ਨੇ। ਬਾਈ, ਜੇ ਪੰਜਾਬ ਦੇ ਬੱਚੇ ਜਿਹੜੇ ਚਿੱਟੇ 'ਚ ਮਰ ਰਹੇ ਹੈ, ਪਰਮਿੰਦਰ ਸਿੰਘ ਢੀਂਡਸਾ ਸਾਹਿਬ, ਲਗੀ ਜੋ ਤੇਰੇ ਕਲੇਜੇ ਵਿੱਚ ਛੁਰੀ ਨਹੀਂ ਹੈ, ਇਹ ਮਤ ਸਮਝਣਾ ਕਿ ਸੰਗਰੂਰ ਕੀ ਹਾਲਤ ਬੁਰੀ ਨਹੀਂ ਹੈ। ਇੱਥੇ ਕਿਸਾਨ ਆਤਮ ਹੱਤਿਆ ਕਰ ਰਹੇ ਨੇ, ਤੁਹਾਡੇ ਰਾਜ ਤੋਂ ਸ਼ੁਰੂ ਹੋਇਆ ਕੰਮ ਅਤੇ ਕੈਪਟਨ ਦੇ ਰਾਜ 'ਚ ਵੀ ਚੱਲ ਰਿਹਾ। ਸੋ ਅਸੀਂ ਤਾਂ ਇਹੀ ਕਹਾਂਗੇ, ਆਪਣੇ ਆਪ 'ਤੇ ਜ਼ਿੰਮੇਵਾਰੀ ਵੀ ਤਾਂ ਲਓ ਯਾਰ। ਤੁਸੀਂ ਲੋਕਾਂ ਨੇ ਸੰਗਰੂਰ ਬਰਬਾਦ ਕੀਤਾ ਮਜੀਠੀਏ ਹੋਰਾਂ ਨਾਲ, ਸੁਖਬੀਰ ਹੋਰਾਂ ਨਾਲ ਮਿਲ ਕੇ। ਤੁਸੀਂ ਲੋਕਾਂ ਨੇ ਸਾਡਾ ਪੰਜਾਬ ਬਰਬਾਦ ਕੀਤਾ। ਅੱਜ ਕੈਪਟਨ ਅਮਰਿੰਦਰ ਸਿੰਘ ਜਾਂਦਾ ਪਟਿਆਲੇ ਤੋਂ ਉੱਠ ਕੇ ਬਚਾਉਣ ਪ੍ਰਕਾਸ਼ ਸਿੰਘ ਬਾਦਲ ਨੂੰ ਲੰਬੀ ਲੜਦਾ, ਕੀ ਲੋੜ ਸੀ ਰਾਜੇ ਨੂੰ? ਉਸੇ ਪ੍ਰਕਾਸ਼ ਸਿੰਘ ਬਾਦਲ ਦੇ ਵਿਰੁੱਧ ਉੱਥੇ ਵੀ ਲੜਨਾ, ਇੱਥੇ ਵੀ ਲੜਨਾ। ਰਵਨੀਤ ਸਿੰਘ ਬਿੱਟੂ ਲੁਧਿਆਣੇ ਤੋਂ ਉੱਠ ਕੇ ਜਾਂਦਾ ਜਲਾਲਾਬਾਦ, ਇੰਨੇ ਕਾਬਲ ਤਾਂ ਨਹੀਂ ਹੈਗਾ ਰਵਨੀਤ ਬਿੱਟੂ ਯਾਰ ਕਿ ਉਹ ਦੋ ਦੋ ਥਾਂ ਤੋਂ ਚੋਣ ਲੜ ਲਏ। ਸੋ ਇਹ ਸਾਰੀ ਤੁਹਾਡੀ ਜਿਹੜੀ ਮਿਕਸ ਵੈਜ ਹੈ, ਜਿਹੜੀ ਆਪਸ 'ਚ ਗੇਮ ਹੋਈ ਹੋਈ ਹੈ, ਇਹ ਹੁਣ ਜ਼ਿਆਦਾ ਦੇਰ ਚੱਲੇਗੀ ਨਹੀਂ। ਅੱਜ ਦਾ ਯੂਥ, 60% ਵੋਟਸ ਆਰ ਆਫ ਯੂਥ, ਇਹ ਜਿਹੜਾ ਯੂਥ ਹੈ ਇਹ ਖੁਦ ਵੀ ਇੱਕ ਪੱਤਰਕਾਰ ਹੈ। ਅੱਜ ਉਹ ਇੱਥੋਂ ਕੰਮ ਲੈ ਰਿਹਾ, ਉਹ ਸਭ ਦੇਖ ਰਿਹਾ ਕਿ ਪਿਛਲੇ ਹਫ਼ਤੇ ਅਤੇ ਪਿਛਲੇ ਦਿਨੀ ਸੁਖਬੀਰ ਨੇ ਕੀ ਕਿਹਾ ਅਤੇ ਅੱਜ ਕੀ ਕਹਿ ਰਿਹਾ। ਇਹ ਉਹੀ ਦੇਖ ਰਿਹਾ ਵੀ ਕੇਜਰੀਵਾਲ ਅੱਜ ਤੋਂ 5 ਸਾਲ ਪਹਿਲਾਂ ਕੀ ਕਹਿ ਰਿਹਾ ਸੀ ਕਿ ਬੱਚੋਂ ਕੇ ਸਰ ਕੀ ਸੌਗੰਧ, ਮੈਂ ਕਾਂਗਰਸ ਸੇ ਜਾਂ ਕਿਸੀ ਸੇ ਗਠਬੰਧਨ ਨਹੀਂ ਕਰੂੰਗਾ। ਅੱਜ ਉਹ ਤਰਲੋ ਮੱਛੀ ਹੋਇਆ ਪਿਆ ਸੀ ਕਾਂਗਰਸ 'ਚ ਮਿਲਣ ਨੂੰ। ਇਹ ਯੂਥ ਚਿੱਟੇ 'ਚ ਮਰਦੇ ਬੱਚੇ ਨਹੀਂ ਭੁੱਲਿਆ, ਆਪਣੇ ਨਾਲ ਦੇ ਭਾਈ ਭੈਣ ਨਹੀਂ ਭੁੱਲਿਆ। ਇਹ ਯੂਥ ਟੈਂਕੀਆਂ 'ਤੇ ਚੜ੍ਹ ਕੇ ਅੱਗਾਂ ਲਾ ਕੇ ਸੜਦੀਆਂ ਧੀਆਂ ਨੂੰ ਨਹੀਂ ਭੁੱਲਿਆ। ਇਹ ਯੂਥ
ਜਿਹੜੀਆਂ ਨਰਸਾਂ ਹੁਣ ਜਿਨ੍ਹਾਂ ਨੇ ਪਟਿਆਲੇ ਛਾਲ ਮਾਰੀ ਹਸਪਤਾਲ ਤੋਂ, ਜਿਹੜੇ ETT ਟੀਚਰਸ ਨੇ ਡਾਂਗਾਂ ਖਾਧੀਆਂ ਨੇ ਕੈਪਟਨ ਦੀਆਂ ਕਦੀ ਬਾਦਲ ਦੀਆਂ, ਜਿਹੜੇ ਸਾਡੇ ਕਿਸਾਨਾਂ ਨੇ ਰੇਲਾਂ 'ਤੇ ਧਰਨੇ ਲਾਏ ਅਤੇ ਜਿਨ੍ਹਾਂ ਦੀਆਂ ਪੱਗਾਂ ਉਛਾਲੀਆਂ ਗਈਆਂ, ਜਿਨ੍ਹਾਂ ਦੇ ਪੁੜੇ ਲਾਲ ਕੀਤੇ ਇਹਨਾਂ ਨੇ, ਸਾਡਾ ਯੂਥ ਕੁਛ ਨਹੀਂ ਭੁੱਲਿਆ। ਸੋ ਮੈਂ ਯੂਥ ਨੂੰ ਬੇਨਤੀ ਕਰ ਸਕਦਾ, ਬਾਈ ਤੁਹਾਡੇ ਬਜ਼ੁਰਗ ਜਿੱਧਰ ਮਰਜ਼ੀ ਰਹੇ ਆ, ਇਟਸ ਯੋਰ ਰਿਸਪੋਂਸੀਬਿਲਿਟੀ ਨਾਓ, ਸਟੈਂਡ ਫੋਰ ਟਰੁੱਥ, ਸਟੈਂਡ ਫੋਰ ਪੰਜਾਬ, ਸਟੈਂਡ ਫੋਰ ਯੋਰ ਰਾਈਟਸ। ਅੱਜ ਤੁਹਾਡਾ ਸੰਗਰੂਰ ਮਰ ਰਿਹਾ ਹੈ, ਅੱਜ ਤੁਹਾਡਾ ਪੰਜਾਬ ਮਰ ਰਿਹਾ ਹੈ, ਜੇ ਪਿੱਛੇ ਕੁਛ ਗਲਤੀਆਂ ਹੋਈਆਂ ਨੇ ਤਾਂ ਮਰ ਰਿਹਾ ਹੈ, ਜੇ ਅੱਜ ਗਲਤੀਆਂ ਕਰੋਗੇ ਤਾਂ ਯਾਦ ਰੱਖਿਓ ਦੋਸਤੋ, ਤੁਸੀਂ ਆਪਣੇ ਲਈ ਕੰਡੇ ਅੱਗੇ ਫਿਰ ਬੀਜ ਲੈਣੇ ਆ। ਬਹੁਤ ਵਧੀਆ ਰਿਸਪੋਂਸ ਹੈ ਜੀ। ਦੇਖੋ ਸਾਡੀ ਜਿਹੜੀ ਟੀਮ ਹੈ, 7 ਪਾਰਟੀਆਂ ਨੇ, 7 ਪਾਰਟੀਆਂ ਦੇ ਲੋਕ ਬਹੁਤ ਸਿਰ ਜੋੜ ਕੇ ਏਕੇ ਦੇ ਨਾਲ ਨਵਾਂ ਸੰਗਰੂਰ ਅਤੇ ਨਵਾਂ ਪੰਜਾਬ ਸਿਰਜਣਾ ਚਾਹੁੰਦੇ ਆ। ਬੀਬੀ ਪਰਮਜੀਤ ਕੌਰ ਖਾਲੜਾ ਜੀ, ਉਹਨਾਂ ਨੂੰ ਮਨਾ ਮੋਹੀ ਸਮੂਹ ਸਨੇਹ, ਜਿਹੜਾ ਸਮੂਹ ਪੰਜਾਬ ਤੋਂ ਮਿਲ ਰਿਹਾ, ਸਮੂਹ NRI ਕਮਿਊਨਿਟੀ ਤੋਂ ਮਿਲ ਰਿਹਾ। ਈਵਨ ਸਾਡੇ ਵਿਰੋਧੀ ਵੀ ਕਹਿ ਰਿਹਾ ਵੀ ਨਹੀਂ ਯਾਰ, ਬਹੁਤ ਚੰਗੇ ਕੈਂਡੀਡੇਟ ਨੇ। ਡਾਕਟਰ ਗਾਂਧੀ, ਜਿਨ੍ਹਾਂ ਨੂੰ ਸਾਰੇ ਲੋਕ ਕਹਿੰਦੇ ਆ ਕਿ ਯਾਰ ਅਲਟੀਮੇਟ ਰੂਹ ਹੈ। ਸੋ ਜੱਸੀ ਜਸਰਾਜ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਅਤੇ ਸੁਖਪਾਲ ਸਿੰਘ ਖਹਿਰਾ ਬਾਰੇ ਮੈਂ ਕੀ ਦੱਸਾਂ, ਉਹ ਬੰਦਾ ਨਿਧੜਕ ਯੋਧਾ, ਉਹ ਲੜ ਰਿਹਾ ਕਿ ਆਓ ਇਹ ਸਿਸਟਮ ਇਹ ਕੈਪਟਨ ਅਮਰਿੰਦਰ ਸਿੰਘ ਅਤੇ ਰੂਸਾ ਦੀਆਂ ਜੜ੍ਹਾਂ ਪੱਟ ਦੀਏ। ਅੱਜ ਸਿਮਰਜੀਤ ਸਿੰਘ ਬੈਂਸ ਤੋਂ ਜਿਹੜੇ ਸਰਕਾਰੀ ਅਫਸਰ ਨੇ, ਜਿਹੜੇ ਲੁਧਿਆਣੇ 'ਚ ਗੁੰਡੇ ਨੇ, ਥਰ ਥਰ ਕੰਬਦੇ ਨੇ। ਸਿਮਰਜੀਤ ਸਿੰਘ ਬੈਂਸ ਜਲੰਧਰ ਦੇ DC ਤੱਕ ਵੀ ਘੇਰਦਾ। ਜੇ ਸੰਗਰੂਰ ਵਾਲੇ ਚਾਹੁੰਦੇ ਨੇ ਕਿ ਉਹੋ ਜਿਹਾ ਰਾਜ ਕਿ ਸਰਕਾਰੀ ਅਫਸਰ ਰਿਸ਼ਵਤ ਲੈਣ ਤੋਂ ਡਰੇ, ਤਾਂ ਬਾਈ ਜੀ ਤੁਸੀਂ ਸੱਚੇ ਸੁੱਚੇ ਲੋਕਾਂ ਨੂੰ ਇੱਕ ਮੌਕਾ ਜ਼ਰੂਰ। ਉੱਧਰ ਦੂਜੇ ਪਾਸੇ ਭਗਵੰਤ ਮਾਨ ਵੱਲੋਂ ਵੀ ਵਿਰੋਧੀ ਪਾਰਟੀਆਂ ਵਿਰੁੱਧ ਆਪਣੇ ਭਾਸ਼ਣ ਲਗਾਤਾਰ ਦਿੱਤੇ ਜਾ ਰਹੇ ਨੇ, ਜਿੱਥੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਜੱਸੀ ਜਸਰਾਜ ਨੂੰ ਤੇ ਬਾਦਲਾਂ ਨੂੰ ਵੀ ਨਹੀਂ ਬਖਸ਼ਦੇ ਦਿਖਾਈ ਦਿੰਦੇ। ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਜੀ, ਮੈਨੂੰ ਤਾਂ ਜਿੱਥੇ ਡਿਊਟੀ ਲੱਗਦੀ ਹੈ ਮੈਂ ਜਾਣਾ, ਠੀਕ ਹੈ ਨਾ, ਅਤੇ ਮੇਰੇ ਵੱਲੋਂ ਕਦੇ ਵੀ ਕੋਈ ਧੜਾ ਜਾਂ ਕੋਈ ਪਾਰਟੀ ਤੋੜਨ ਦੀ ਕੋਈ ਐਕਟੀਵਿਟੀ ਨਹੀਂ। ਜਿਹੜੇ ਬਾਹਰ ਗਏ ਨੇ ਨਾ, ਉਹ ਕਿਸੇ ਨਾ ਕਿਸੇ ਡਿਸਿਪਲਨਰੀ ਐਕਸ਼ਨ ਕਰਕੇ ਗਏ ਨੇ, ਇਸ ਕਰਕੇ ਉਹ ਆਪਦੀ ਪਾਰਟੀ ਦੇ ਨਾਲ ਆਪਦਾ ਹੁਣ ਜਿਹੜੀ ਵਫਾਦਾਰੀ ਨਿਭਾਉਣ ਅਤੇ ਸੰਗਰੂਰ ਤੋਂ ਆਉਣ, ਵੈਲਕਮ ਕਰਾਂਗੇ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।